ਤੇ ਓਲਡ ਟੈਸਟਮੈਂਟ ਦੇ ਵਿੱਚੋਂ ਪਰਮੇਸ਼ਰ ਨੇ ਮੇਰੇ ਮਨ ਦੇ ਵਿੱਚ ਇੱਕ ਪਰਸਨੈਲਿਟੀ ਵਾਸਤੇ ਪਾਇਆ ਕਿ ਅੱਜ ਮੈਂ ਉਹਦੇ ਵਾਸਤੇ ਆਪਾਂ ਸ਼ੇਅਰ ਕਰ ਸਕੀਏ। ਐਂਡ ਲਾਰਡ ਪੁੱਟ ਦਿਸ ਇਨਟੂ ਮਾਈ ਹਾਰਟ ਦੈਟ ਆਈ ਸ਼ੁੱਡ ਸ਼ੇਅਰ ਅਬਾਊਟ ਵਨ ਪਰਸਨੈਲਿਟੀ ਫਰੋਮ ਓਲਡ ਟੈਸਟਮੈਂਟ ਟੂਡੇ। ਹੁਣ ਤੁਸੀਂ ਸੋਚੋਗੇ ਸ਼ਾਇਦ ਅਬਰਾਮ ਹੋਵੇ ਜਾਂ ਦਾਊਦ ਹੋਵੇ ਜਾਂ ਸੈਮੂਅਲ ਹੋਵੇ ਜਾਂ ਯਹੋਸ਼ੂਆ ਹੋਵੇ। ਐਂਡ ਯੂ ਮਾਈਟ ਥਿੰਕ ਇਟ ਕੈਨ ਬੀ ਯਹੋਸ਼ੂਆ, ਡੈਨੀਅਲ ਔਰ ਸੈਮੂਅਲ ਔਰ ਐਨੀਵਨ। ਪਰ ਮੇਰੇ ਮਨ ਦੇ ਵਿੱਚ ਪਰਮੇਸ਼ਰ ਨੇ ਮੂਸਾ ਦੇ ਬਾਰੇ ਪਾਇਆ ਕਿ ਮੂਸਾ ਦੀ ਪਰਸਨੈਲਿਟੀ ਵਾਸਤੇ ਉਹਦੇ ਵਿੱਚੋਂ ਵੀ ਸਿਰਫ ਇੱਕ ਚੀਜ਼ ਨੂੰ ਟੱਚ ਕਰਨ ਵਾਸਤੇ। ਐਂਡ ਲਾਰਡ ਪੁੱਟ ਇਨ ਮਾਈ ਹਾਰਟ ਟੂ ਪ੍ਰੀਚ ਅਬਾਊਟ ਮੋਸੇਸ ਐਂਡ ਜਸਟ ਟੂ ਟੱਚ ਵਨ ਥਿੰਗ ਅਬਾਊਟ ਹਿਸ ਲਾਈਫ। ਅਸਲ ਵਿੱਚ ਜੇ ਦੇਖਿਆ ਜਾਵੇ ਮੂਸਾ ਤੋਂ ਬਾਅਦ ਹੀ ਪਰਮੇਸ਼ਰ ਦੀ ਅਸਲੀ ਪਹਿਚਾਣ ਪਤਾ ਲੱਗੀ ਕਿ ਪਰਮੇਸ਼ਰ ਦਾ ਸੁਭਾਅ ਕਿਹੋ ਜਿਹਾ, ਪਰਮੇਸ਼ਰ ਦੀ ਦਿਆਲਤਾ ਕਿਹੋ ਜਿਹੀ ਆ, ਪਰਮੇਸ਼ਰ ਦੀ ਕਿਰਪਾਲਤਾ ਕਿਹੋ ਜਿਹੀ ਆ ਤੇ ਪਰਮੇਸ਼ਰ ਕਠੋਰ ਕਿੰਨਾ ਆ। And after we knew that Moses, we came to know about the personality and behavior of the Lord, like how he speak, how he talk, or how is his characteristics. ਤੇ ਪਰਮੇਸ਼ਰ ਦੇ ਰਾਹੀਂ ਨਾ ਮੂਸਾ ਦੇ ਰਾਹੀਂ ਪਰਮੇਸ਼ਰ ਨੇ ਵੱਡੇ ਵੱਡੇ ਕੰਮ ਕੀਤੇ, ਅਦਭੁਤ ਕੰਮ ਕੀਤੇ ਉਹਨੇ ਤੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਛਡਾਇਆ ਹੈ। ਮੂਸਾ ਨੂੰ ਹੀ ਯੂਜ਼ ਕੀਤਾ ਪਰਮੇਸ਼ਰ ਨੇ। And Lord did wonders through Moses and he set his people free from the slavery through Moses as well. Musa de rahi parmeshwar gal baat karda si kyunki jehde israeli si ge oh hamesha darde hunde si parmeshwar di bhayanak awaz sunne ton. And Lord used to talk to Moses as well because the israelites were afraid of Lord, they couldn't talk to him directly. ਤੇ ਮੂਸਾ ਦੇ ਟਾਈਮ ਦੇ ਵਿੱਚ ਹੀ ਮੂਸਾ ਨੂੰ ਹੀ ਯੂਜ਼ ਕੀਤਾ ਵੱਡੇ ਵੱਡੇ ਚਮਤਕਾਰ ਕਰਕੇ ਮਿਸਰ ਦੀ ਧਰਤੀ ਦੇ ਵਿੱਚੋਂ ਇਜ਼ਰਾਈਲੀਆਂ ਨੂੰ ਕੱਢਣ ਦੇ ਵਾਸਤੇ। ਐਂਡ ਲਾਰਡ ਯੂਜ਼ਸ ਮੋਸੇਸ ਐਂਡ ਡਿਡ ਦ ਵੰਡਰਸ ਥਰੂ ਹਿਮ ਐਂਡ ਟੁਕ ਹਿਸ ਪੀਪਲ ਆਊਟ ਆਫ ਦ ਲੈਂਡ ਆਫ ਇਜੀਪਟ। ਮੂਸਾ ਹੀ ਸੀ ਜਿਹਨੂੰ ਪਰਮੇਸ਼ਰ ਨੇ 10 ਹੁਕਮ ਦਿੱਤੇ। ਐਂਡ ਮੋਸੇਸ ਵਾਸ ਦ ਵਨ ਹੂ ਲਾਰਡ ਗੇਵ 10 ਕਮਾਂਡਮੈਂਟਸ ਐਸ ਵੈਲ। ਮੂਸਾ ਹੀ ਸੀ ਇਕੱਲੇ 10 ਹੀ ਹੁਕਮ ਨਹੀਂ ਦਿੱਤੇ ਬਲਕਿ ਜੇ ਕੂਚ ਦੀ ਕਿਤਾਬ ਦੇ ਵਿੱਚੋਂ ਤੁਸੀਂ ਪੜ੍ਹੋ ਮੂਸਾ ਨੂੰ ਪਰਮੇਸ਼ਰ ਨੇ 613 ਹੁਕਮ ਦਿੱਤੇ। And it was only Moses whom Lord gave not only the 10 commandments, instead he gave him 630 commandments. ਤੇ ਮੂਸਾ ਹੀ ਸੀ ਜਿਹੜਾ ਪਰਮੇਸ਼ਰ ਦੇ ਅੱਗੇ ਪਹਾੜ ਦੇ ਉੱਤੇ 40 ਦਿਨ 40 ਰਾਤਾਂ ਮੂਤੇ ਮੂੰਹ ਪਿਆ ਰਹਿੰਦਾ ਸੀ ਇਜ਼ਰਾਈਲੀਆਂ ਦੀ ਖਾਤਰ। And it was the Moses who used to lay down on the mountain for his people for 40 days and 40 nights in front of him. ਤੇ ਮੂਸਾ ਹੀ ਸੀ ਜਿਹੜਾ ਪਰਮੇਸ਼ਰ ਦੀ ਮੰਡਲੀ ਦਾ ਤੰਬੂ, ਮਿਲਾਪ ਦਾ ਤੰਬੂ ਜਿਹਦੇ ਵਿੱਚ ਆਣ ਕੇ ਪਰਮੇਸ਼ਰ ਗੱਲਬਾਤ ਕਰਦਾ ਸੀ, ਉੱਥੋਂ ਗੱਲ ਕਰਕੇ ਪਰਮੇਸ਼ਰ ਮੂਸਾ ਜਿਹੜਾ ਸੀ ਉਹ ਇਜ਼ਰਾਈਲੀਆਂ ਤੱਕ ਪਹੁੰਚਾਉਂਦਾ ਸੀ। ਕਹਿ ਸਕਦੇ ਹਾਂ ਵੀ ਮੂਸਾ ਹੀ ਇਜ਼ਰਾਈਲੀਆਂ ਤੇ ਪਰਮੇਸ਼ਰ ਦੇ ਵਿਚਾਲੇ ਮੈਸੰਜਰ ਸੀਗਾ। ਐਂਡ ਮੋਸੇਸ ਵਾਸ ਦਾ ਓਨਲੀ ਵਨ ਹੂ ਯੂਜ਼ਡ ਟੂ ਗੋ ਟੂ ਦ ਟੈਂਟ ਆਫ ਕਵਨੈਂਟ ਐਂਡ ਯੂਜ਼ਡ ਟੂ ਟਾਕ ਫਾਰ ਹਿਸ ਪੀਪਲ ਵਿਦ ਦ ਲਾਰਡ। ਮੂਸਾ ਹੀ ਸੀ ਜਿਹਨੂੰ ਪਰਮੇਸ਼ਰ ਦੇ ਹੈਕਲ ਦਾ, ਜਿਹਨੂੰ ਮੰਦਰ ਦਾ ਪਰਮੇਸ਼ਰ ਨੇ ਨਕਸ਼ਾ ਦਿੱਤਾ, ਸਮੱਗਰੀ ਕਿਸ ਤਰ੍ਹਾਂ ਦੀ ਚਾਹੀਦੀ ਆ, ਉਹਦੇ ਦਰਵਾਜ਼ੇ ਕਿਸ ਤਰ੍ਹਾਂ ਦੇ ਲੱਗਣੇ ਚਾਹੀਦੇ, ਉਹਦੀਆਂ ਖਿੜਕੀਆਂ ਕਿਸ ਤਰ੍ਹਾਂ ਦੀਆਂ, ਉਹਦੀਆਂ ਪੇਚ ਕਿਸ ਜਿਹੀਆਂ, ਉਹਦੀਆਂ ਮੇਖਾਂ ਕਿਸ ਜਿਹੀਆਂ, ਮੂਸਾ ਨੂੰ ਹੀ ਪਰਮੇਸ਼ਰ ਨੇ ਪਹਾੜ ਦੇ ਉੱਤੇ ਉਹ ਨਕਸ਼ਾ ਦਿਖਾਇਆ ਸੀ। ਪਰ ਕਿਤੇ ਸਕੈਚ ਨਹੀਂ ਸੀ ਬਣਾਇਆ, ਸਿਰਫ ਦਿਖਾਇਆ ਸੀ ਇੱਕ ਤਰ੍ਹਾਂ ਦਾ, ਉਵੇਂ ਜਿਵੇਂ ਉਹ ਹੈਕਲ ਤਿਆਰ ਕੀਤੀ ਗਈ। ਐਂਡ ਇਟ ਵਾਸ ਮੋਸੇਸ ਹੂ ਲਾਰਡ ਗੇਵ ਦ ਵਿਜ਼ਨ ਆਫ ਹਿਸ ਟੈਂਪਲ ਆਫ ਹਾ, ਲਾਈਕ ਹਾਊ ਸ਼ੁਡ ਇਟ ਬੀ ਬਿਲਟ ਐਂਡ ਵਟ ਕਾਈਂਡ ਆਫ ਮਟੀਰੀਅਲ ਸ਼ੁਡ ਬੀ ਯੂਜ਼ਡ ਫਾਰ ਇਟ। ਤੇ ਮੂਸਾ ਹੀ ਸੀਗਾ ਜਿਹਨੂੰ ਪਰਮੇਸ਼ਰ ਨੇ ਮੁੱਖ ਤਿਉਹਾਰਾਂ ਬਾਰੇ ਦੱਸਿਆ ਸੀ। ਐਂਡ ਇਟ ਵਾਸ ਮੋਸੇਸ ਹੂ ਲਾਰਡ ਟੋਲਡ ਅਬਾਊਟ a few their feasts and festivals. ਇਹ ਸੱਤ ਤਿਉਹਾਰ ਜਿਹੜੇ ਮੇਨ ਇਜ਼ਰਾਈਲੀਆਂ ਦੇ ਆ ਉਹ ਸਿਰਫ ਮੂਸਾ ਨੂੰ ਪਤਾ ਸੀ। ਇਹ ਤੁਸੀਂ ਪੜ੍ਹ ਸਕਦੇ ਹੈਗੇ ਹੋ ਲੇਵੀਆਂ ਦੀ ਕਿਤਾਬ ਦੇ ਵਿੱਚੋਂ 23ਵੇਂ ਚੈਪਟਰ ਦੇ ਵਿੱਚ, ਤੁਹਾਨੂੰ ਸਾਰੇ ਸੱਤਿਆਂ ਦੇ ਸੱਤ ਜਿਹੜੇ ਤਿਉਹਾਰ ਉਹ ਮਿਲਣਗੇ ਕਿ ਕਿਹੜੇ ਤਿਉਹਾਰ ਜਿਹੜੇ ਅੱਜ ਵੀ ਇਜ਼ਰਾਈਲੀ ਮਨਾਉਂਦੇ ਆ। ਐਂਡ ਯੂ ਕੈਨ ਰੀਡ
read about these festivals from the book of Leviticus, and people used to celebrate till now but all these festivals. Musa isi jinu parmeshwar ne dasse seva de niyam kidda mandir de vich seva kivein karni. And it was Moses whom Lord showed the way of his service, how he should serve him in the temple. ਕੀ ਨਹੀਂ ਦੱਸਿਆ ਮੂਸਾ ਨੂੰ ਹਰ ਇੱਕ ਚੀਜ਼ ਮੂਸਾ ਨੂੰ ਪਰਮੇਸ਼ਰ ਨੇ ਆਪਦੇ ਮੂੰਹ ਦੇ ਨਾਲ ਬੋਲ ਕੇ ਸਮਝਾਈ ਐਂਡ देयर वाज ਨਥਿੰਗ ਦੈਟ ਲਾਰਡ ਡਿਡਨਟ ਟੈਲ ਹਿਮ ਹੀ ਟੋਲਡ ਐਂਡ ਮੇਕ ਹਿਮ ਅੰਡਰਸਟੈਂਡ ਐਵਰੀਥਿੰਗ ਅਬਾਊਟ ਹਿਸ ਸਰਵਿਸ ਐਂਡ ਇਹਦੇ ਵਾਸਤੇ ਤੁਸੀਂ ਕੂਚ ਦੀ ਕਿਤਾਬ ਖਰੂਜ ਜਿਹਨੂੰ ਕਹਿੰਦੇ ਆ ਆਪਣੇ ਉਰਦੂ ਦੇ ਵਿੱਚ ਲੇਵੀਆਂ ਦੀ ਕਿਤਾਬ ਤੇ ਗਿਣਤੀ ਦੀ ਕਿਤਾਬ ਵਿਵਸਥਾ ਦੇ ਸਾਰ ਇਹਨਾਂ ਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੈਗੇ ਹੋ ਸਾਰੇ ਜਿਹੜੇ ਤਰੀਕੇ ਨੇ ਇਹ ਜਿਹੜੇ ਪਰਮੇਸ਼ਰ ਨੇ ਮੂਸਾ ਨੂੰ ਸਮਝਾਏ ਐਂਡ ਯੂ ਕੈਨ ਰੀਡ ਅਬਾਊਟ ਦੀਸ ਗਾਈਡੈਂਸ ਫਰਮ ਦਾ ਬੁੱਕ ਆਫ ਲੇਵਿਟਿਕਸ ਐਂਡ ਡਿਟਰੋਨਮੀ ਲਾਈਕ ਵਟ ਲੋਰਡ ਗਿਵ ਟੂ ਮੋਸੇਸ ਪਰ ਇਹ ਇਕੱਲੇ ਪੜ੍ਹਨ ਦੇ ਨਾਲ ਸਮਝ ਆਉਣ ਵਾਲੀ ਚੀਜ਼ ਨਹੀਂ ਗੀ ਇਹਦੇ ਵਾਸਤੇ ਕਠਿਨ ਮਿਹਨਤ ਕਰਨੀ ਪੈਂਦੀ ਆ ਔਰ ਇਹਦੇ ਵਾਸਤੇ ਕਿਸੇ ਨਾ ਕਿਸੇ ਪਰਮੇਸ਼ਰ ਦੇ ਚੁਣੇ ਹੋਏ ਸੇਵਕ ਦੀ ਮਦਦ ਲੈਣੀ ਜ਼ਰੂਰੀ ਹੈ ਬਟ ਬਾਈ ਰੀਡਿੰਗ ਓਨਲੀ ਯੂ ਕੈਨ ਨਾਟ ਅੰਡਰਸਟੈਂਡ ਆਲ ਦੀਸ ਥਿੰਗਸ ਯੂ ਨੀਡ ਦ ਹੈਲਪ ਆਫ ਦ ਆਫ ਹਿਸ ਸਰਵੈਂਟ ਐਂਡ ਯੂ ਨੀਡ ਦ ਹੈਲਪ ਆਫ ਦ ਲੋਰਡ ਇਹ ਮੈਂ ਤੁਹਾਨੂੰ ਛੋਟਾ ਕਰਕੇ ਐਡੇ ਐਡੇ ਵੱਡੇ ਕੰਮ ਇੱਕ ਇੱਕ ਲਾਈਨ ਦੇ ਵਿੱਚ ਥੋੜੇ ਜਿਹੇ ਜ਼ਿਕਰ ਕੀਤਾ ਆ and I have made you understand all these things like in just one line par is to pehla eh sare kamon to pehla ek bahut baddi ghatna odo hoyi jadon ke musa nu use kita parmeshwar ne misriyan de misr de vichon israeliyan nu kadan de vaste but there was something happened before all these things when lord was using moses to took his people out of egypt jadon ohne misriyan jede israeli si ke misr de vichon kad liande ਕੱਟਣ ਤੋਂ ਬਾਅਦ ਹੀ ਉਸ ਤੋਂ ਬਾਅਦ ਜਿਹੜੇ ਇਜ਼ਰਾਈਲੀ ਸੀਗੇ ਉਹ ਪੁੱਠਾ ਸਿੱਧਾ ਬੋਲਣ ਲੱਗੇ ਦੁਹਾਈ ਪਾਉਣ ਲੱਗੇ ਸਾਨੂੰ ਕਾਹਤੋਂ ਲੈ ਕੇ ਆਏ ਆ ਸਾਨੂੰ ਮਿਸਰ ਦੇ ਵਿੱਚ ਹੀ ਮਰਨ ਦੇ ਦਿੰਦਾ ਨਾ ਸਾਨੂੰ ਪਾਣੀ ਆ ਨਾ ਸਾਨੂੰ ਮੀਟ ਖਾਣ ਨੂੰ ਮਿਲਦਾ and it was a time when he took his people from Egypt and they didn't believe on him and they started accusing and condemning him like why he took them out of there because they are like we are dying with hunger we were okay there ਇਹ ਜਿਹੜੇ ਤਨ ਮਹੀਨੇ ਸੀਗੇ ਉਹ ਮੂਸਾ ਨੂੰ ਮਾਰਨੇ ਸ਼ੁਰੂ ਕਰ ਦਿੱਤੇ ਇਕੱਲੇ ਲੋਕਾਂ ਨੇ ਨਹੀਂ ਬਲਕਿ ਉਹਦੀ ਭੈਣ ਸੀ ਮੀਰੀਅਮ ਉਹਨੇ ਵੀ ਤੇ ਹਾਰੂਨ ਜਿਹੜਾ ਉਹਦਾ ਵੱਡਾ ਭਰਾ ਸੀ ਉਹਨੇ ਵੀ ਤੂੰ ਇਹਨਾਂ ਨੂੰ ਕਿਹੜੀ ਲੋੜ ਪਈ ਸੀਗੀ ਇੱਥੋਂ ਕੱਢ ਕੇ ਲਿਆਉਣ ਦੀ ਉੱਥੇ ਚੰਗਾ ਭਲਾ ਖਾਂਦੇ ਸੀ ਪੀਂਦੇ ਸੀ and not it was not only the people of Israel it was his sister and his brother too they started accusing him to him as well like why you took us out of Egypt we were okay there ਜਦੋਂ ਇਜ਼ਰਾਈਲੀ ਬੋਲਦੇ ਸੀ ਤੇ ਮੂਸਾ ਜਿਹੜਾ ਸੀਗਾ ਉਹ ਬਾਰ-ਬਾਰ ਉਹਨਾਂ ਦੀ ਕੁਰਲਾਹਟ ਲੈ ਕੇ ਪਰਮੇਸ਼ਰ ਦੇ ਕੋਲ ਜਾਂਦਾ ਸੀ ਆਉਂਦੇ ਨੂੰ ਪਰਮੇਸ਼ਰ ਫੇਰ ਉਹਨਾਂ ਦਾ ਜ਼ਰੂਰਤ ਪੂਰੀ ਕਰਦਾ ਸੀ ਆਉਂਦਿਆਂ ਨੂੰ ਫੇਰ ਉਹੀ ਕੁਝ ਕਰਦੇ ਸੀਗੇ ਯਾਨੀ ਲੋਕਾਂ ਨੇ ਉਹਦਾ ਮੂਸਾ ਦਾ ਜਿਹੜਾ ਰਹਿਣਾ ਸੀ ਉਹ ਦੁੱਬਰ ਕਰ ਦਿੱਤਾ ਸੀ and every time they used to say something to Moses used to go in front to the Lord and he used to plead in front of him ਕੂਚ ਦੀ ਕਿਤਾਬ ਦੇ 17ਵੇਂ ਅਧਿਆਏ ਦੇ ਵਿੱਚ ਇੱਕ ਕਹਾਣੀ ਲਿਖੀ ਹੋਈ ਹੈ ਰਫਾਦੀਮ ਦੇ ਚਟਾਨ ਦੇ ਕੋਲੇ ਉਸ ਇਲਾਕੇ ਦੇ ਵਿੱਚ ਇਹ ਦੱਸਿਆ ਗਿਆ ਵੀ ਜਦੋਂ ਉਹਨਾਂ ਨੂੰ ਪਾਣੀ ਨਹੀਂ ਸੀ ਮਿਲਦਾ ਤੇ ਚਟਾਨ ਦੇ ਵਿੱਚੋਂ ਪਰਮੇਸ਼ਰ ਨੇ ਪਾਣੀ ਕੱਢਿਆ and there is a story in the chapter 17 in Exodus when people were they needed for water and Lord made a fountain out of the rock ਤੇ ਜਦੋਂ ਇਹ ਬਾਰ ਬਾਰ ਜਿਹੜਾ ਮੂਸਾ ਨੂੰ ਇਹ ਜਿਹੜੇ ਲੋਕ ਸੀਗੇ ਉਹ ਬੋਲਦੇ ਸੀਗੇ
ਤੇ ਮੂਸਾ ਜਿਹੜਾ ਸੀ ਬਹੁਤ ਕ੍ਰੋਧਿਤ ਹੋ ਗਿਆ, ਗੁੱਸੇ ਨਾਲ ਭਰ ਗਿਆ. And when people were saying all these things to Moses, Moses got angry and he got filled with anger. ਤੇ ਕੱਲਾ ਮੂਸਾ ਹੀ ਨਹੀਂ ਸੀ ਗੁੱਸੇ ਨਾਲ ਭਰਿਆ, ਪਰਮੇਸ਼ਰ ਵੀ ਗੁੱਸੇ ਨਾਲ ਭਰ ਗਿਆ. ਪਰਮੇਸ਼ਰ ਦੀ ਨਿਸ਼ਾਨੀ ਇਹ ਗੁੱਸੇ ਨਾਲ ਭਰੇ, ਕਿਉਂਕਿ 40 ਦਿਨਾਂ ਦਾ ਸਫ਼ਰ ਜਿਹੜਾ ਪਰਮੇਸ਼ਰ ਨੇ 40 ਸਾਲਾਂ ਦੇ ਵਿੱਚ ਬਦਲ ਦਿੱਤਾ. And it was not only the Moses but Lord got angry as well and he changes their 40 days journey to 40 years. ਕਈ ਵਾਰ ਅਸੀਂ ਵੀ ਐਵੇਂ ਕਰਦੇ ਹਾਂ, ਕੋਈ ਕੰਮ ਨਹੀਂ ਹੁੰਦਾ ਬੁੜਬੁੜ ਪਰਮੇਸ਼ਰ ਦੇ ਖਿਲਾਫ, ਪਰਮੇਸ਼ਰ ਦੇ ਸੇਵਕਾਂ ਦੇ ਖਿਲਾਫ, ਕਿਉਂਕਿ ਪਰਮੇਸ਼ਰ ਯਾਕੂਬ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਤੇਰੇ ਬੁੜਬੁੜ ਕਰਨ ਨਾਲ ਜਾਂ ਤੇਰੇ ਗੁੱਸੇ ਹੋਣ ਨਾਲ ਕੋਈ ਪਰਮੇਸ਼ਰ ਦਾ ਭਲਾ ਕੰਮ ਨਹੀਂ ਹੋਣ ਲੱਗਿਆ. And sometimes when our prayers are not being heard, we start accusing and blaming against the Lord. And in the word of God it says, if you're going to blabber or going to accuse the Lord, nothing is going to happen. ਜਦੋਂ ਰਫਾਦੀਮ ਦੇ ਜਿਹੜੀ ਥਾਂ ਦੇ ਉੱਤੇ, ਜਦੋਂ ਚਟਾਨ ਦੇ ਉੱਤੇ ਪਾਣੀ ਆਪਣੇ ਲਾਠੀ ਮਾਰਨ ਵਾਸਤੇ ਮੂਸਾ ਨੂੰ ਕਿਹਾ ਪਰਮੇਸ਼ਰ ਨੇ, ਵੀ ਤੂੰ ਉਹ ਲਾਠੀ ਲੈ ਕੇ ਜਾ ਜਿਹੜੀ ਸਮੁੰਦਰ ਦੇ ਉੱਤੇ ਮਾਰ ਕੇ ਸਮੁੰਦਰ ਨੂੰ ਦੋ ਫੜ ਕੀਤਾ ਸੀ, ਤੇ ਤੂੰ ਕੁਛ ਆਗੂਆਂ ਨੂੰ ਨਾਲ ਲੈ ਜਾ ਉੱਥੇ. When Lord told Moses to take the same rod that he used on the sea to part it, he was like, use the same rod and bring, take some people with you to bring the water out of the rock. Musa ne oh lathi jehdi si parmeshwar de kehne te chattan de utte mari te chattan de vichon pani nikla aya, israeliyan ne pani pita. And Moses threw that rod on the rock and water came out of it and all of the Israelis drank out of it. ਇਹ ਗੱਲ ਸੀਗੀ ਰਫਾਦੀਮ ਦੇ ਇਲਾਕੇ ਦੀ, ਪਰ ਕਦੇਸ਼ ਦੇ ਇਲਾਕੇ ਦੇ ਵਿੱਚ ਇੱਕ ਵਾਰੀ ਫਿਰ ਇਹੀ ਘਟਨਾ ਹੋਈ ਕਿ ਲੋਕ ਕਹਿੰਦੇ ਸਾਨੂੰ ਪਾਣੀ ਨਹੀਂ ਗਾ, ਸਾਡੇ ਕੋਲ ਪਾਣੀ ਨਹੀਂ, ਪਰਮੇਸ਼ਰ ਦੇ ਕੋਲ ਫਿਰ ਮੂਸਾ ਉਵੇਂ ਜਾਂਦਾ. And same thing happened again in the city of Kadesh when people were asking him like, we don't have a water, we are thirsty, and Moses went to the Lord again. ਉਦੋਂ ਪਰਮੇਸ਼ਰ ਨੇ ਪਹਿਲਾਂ ਪਰਮੇਸ਼ਰ ਨੇ ਕਿਹਾ ਕੁਛ ਆਗੂਆਂ ਨੂੰ ਨਾਲ ਲੈ ਜਾ, ਪਰ ਇਸ ਥਾਂ ਦੇ ਕਦੇਸ਼ ਦੇ ਉੱਤੇ ਪਰਮੇਸ਼ਰ ਨੇ ਕਿਹਾ ਤੂੰ ਹਾਰੂਨ ਨੂੰ ਆਪਣੇ ਭਰਾ ਨੂੰ ਨਾਲ ਲੈ ਕੇ ਜਾ ਤੇ ਉੱਥੇ ਜਾ ਕੇ ਤੂੰ ਚਟਾਨ ਨੂੰ ਬੋਲੀ ਕਿ ਇਹਦੇ ਵਿੱਚੋਂ ਪਾਣੀ ਨਿਕਲੇ ਤੇ ਪਾਣੀ ਨਿਕਲ ਆਊਗਾ. And at that time Lord asked him to take his brother with him and he was like, you're going to go and ask a mountain and it will give you water. ਪਰ ਮੂਸਾ ਇੰਨੇ ਗੁੱਸੇ ਦੇ ਵਿੱਚ ਸੀ, ਉਹਨੇ ਚਟਾਨ ਨੂੰ ਮੂੰਹ ਨਾਲ ਬੋਲਣ ਦੀ ਬਜਾਏ ਉਹਦੇ ਉੱਤੇ ਉਹੀ ਲਾਠੀ ਮਾਰੀ, ਉਹ ਵੀ ਇੱਕ ਵਾਰ ਨਹੀਂ ਬਲਕਿ ਦੋ ਵਾਰੀ ਮਾਰੀ. And when Moses was full of anger and instead of asking to the mountain he threw a rod at it and he did it twice. ਉਥੇ ਮੂਸਾ ਨੇ ਪਰਮੇਸ਼ਰ ਦੀ ਅਣ ਆਗਿਆਕਾਰੀ ਕੀਤੀ ਤੇ ਪਰਮੇਸ਼ਰ ਦੀ ਆਵਾਜ਼ ਸੁਣਨ ਦੇ ਉਲਟ ਕੀਤਾ ਤੇ ਉਹਨੇ ਆਪਣੀ ਮਨਮਾਨੀ ਕੀਤੀ. And at that time he did not follow the commandment of the Lord, he just did whatever he wanted to do. ਇਹੀ ਮਨਮਾਨੀ ਜਿਹੜੀ ਕੀਤੀ ਉਹਨੇ, ਉਹ ਮੂਸਾ ਦੇ ਵਾਸਤੇ ਇੱਕ ਵੱਡੀ ਆਫਤ ਬਣ ਗਈ. And this thing became a big problem for Moses. ਇਜ਼ਰਾਈਲੀਆਂ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇਜ਼ਰਾਈਲੀਆਂ ਨੂੰ 40 ਦਿਨ ਦਾ ਸਫ਼ਰ ਜਿਹੜਾ ਸੀਗਾ ਉਹ 40 ਸਾਲਾਂ ਦਾ ਪੈ ਗਿਆ. And I told you already that the 40 days journey became 40 years already for them. ਇੱਥੇ ਹੀ ਪਰਮੇਸ਼ਰ ਨੇ ਇੱਕ ਸੌਂਹ ਖਾਲੀ, ਕਹਿੰਦੇ ਕਿ ਇਹ ਕੱਬੀ ਪੀੜ੍ਹੀ ਦੇ ਲੋਕ ਆ, ਇਹ ਢੀਠ ਪੀੜ੍ਹੀ ਦੇ ਲੋਕ ਆ, ਇਹ ਕਦੇ ਵੀ ਮੇਰੇ ਆਰਾਮ ਦੇ ਵਿੱਚ ਨਹੀਂ ਵੜਨਗੇ. And here Lord took a pledge. He was like, these people are not gonna understand and ਇਹ ਇਦਾਂ ਦੇ ਲੋਕ ਨੇ, ਹਠੀ ਲੋਕ ਨੇ, ਇਹ ਮੇਰੇ ਆਰਾਮ ਦੇ ਵਿੱਚ ਕਦੇ ਨਹੀਂ ਵੜਨਗੇ. And they are not going to enter into my rest. ਤੇ ਹੋਇਆ ਵੀ ਇਸ ਤਰ੍ਹਾਂ ਹੀ, ਜਿੰਨੇ ਮਿਸਰ ਤੋਂ ਲੋਕ ਚੱਲੇ ਸੀਗੇ ਉਹ ਸਾਰੇ ਲੋਕ ਜਿਹੜੇ ਸੀ 40 ਸਾਲਾਂ ਦੇ ਵਿੱਚ ਉਜਾੜ ਦੇ ਵਿੱਚ ਹੀ ਮਰ ਥੱਪ ਗਏ. ਗਏ ਕੌਣ? ਜਿਹੜੀ ਉੱਥੇ ਪੀੜ੍ਹੀ ਪੈਦਾ ਹੋਈ ਉਹ ਲੋਕ. And
all of those people they died there, and only those who were born at that place they went to the promised land. ਇਹ ਤਾਂ ਕੰਮ ਹੋਇਆ ਇਜ਼ਰਾਈਲੀਆਂ ਦੇ ਗੁੱਸੇ ਦੇ ਨਾਲ, ਪਰਮੇਸ਼ਰ ਨੇ ਜਿਹੜੇ 40 ਦਿਨ ਸੀ ਉਹ 40 ਸਾਲਾਂ ਚ ਬਦਲੇ, ਪਰ ਮੂਸਾ ਦੇ ਉੱਤੇ ਵੀ ਇੱਕ ਕੁਝ ਹੋਇਆ. And this happened to the Israelites, the Lord changes their travel time, but something also happened to Moses as well at that time. Musa 40 saal da siga, 80 saal da si jadon Parmeshwar ne onu bulaya apne kamma de waste, te 120 saal da si Musa jadon mariya. Eda matlab 40 saal ohne Parmeshwar di seva kiti. And Moses was 80 years old when Lord called him for his service, and he was 120 years old when he died. That means he served Lord for 40 years. ਤੇ ਇਹਨਾਂ ਸਮਿਆਂ ਦੇ ਵਿੱਚ ਮੂਸਾ ਨੇ ਇੱਕ ਬਹੁਤ ਵੱਡੀ ਗਲਤੀ ਕਰਨੀ. And in these time Moses made a big mistake. ਮੇਰੇ ਅੱਜ ਦੇ ਇਸ ਮੈਸੇਜ ਦਾ ਹੈਡਿੰਗ ਵੀ ਇਹੀ ਆ, ਥੀਮ ਵੀ ਇਹੀ ਆ, one big mistake. And today's word's theme is same as the title is one big mistake. ਗੁੱਸੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਕਿਹੜੀਆਂ ਗਲਤੀਆਂ ਕਰ ਲੈਂਦੇ ਆ. And sometimes in anger we don't realize what kind of mistakes we make. ਗੁੱਸੇ ਦੇ ਵਿੱਚ ਆਪਾਂ ਪਤਾ ਨਹੀਂ ਕੀ ਕੁਝ ਬੋਲ ਜਾਂਦੇ ਆ. Sometimes we don't know in the anger what kind of things we say. ਗੁੱਸੇ ਦੇ ਵਿੱਚ ਆਪਾਂ ਵੱਡੀਆਂ-ਵੱਡੀਆਂ ਬਰਕਤਾਂ ਗਵਾ ਦਿੰਦੇ ਆ. And sometimes we lose big blessings when we are angry. ਤੇ ਜਿਹੜੀ ਚਟਾਨ ਦੇ ਵਿੱਚ ਮੂਸਾ ਨੇ ਸੋਟੀ ਮਾਰੀ ਜਦੋਂ ਕਿ ਪਰਮੇਸ਼ਰ ਨੇ ਕਿਹਾ ਸੀ ਤੂੰ ਇਹਨੂੰ ਬੋਲ. ਹੁਣ ਆਪਾਂ ਇਹ ਦੇਖਦੇ ਹਾਂ ਵੀ ਪਹਿਲਾਂ ਪਰਮੇਸ਼ਰ ਨੇ ਇਹ ਗੱਲ ਕਹੀ ਬਈ ਸੋਟੀ ਜਿਹੜੀ ਲਾਠੀ ਹੈਗੀ ਆ ਉਹਦੇ ਨਾਲ ਮਾਰਨਾ ਆ ਤਾਂ ਪਾਣੀ ਨਿਕਲੂ. ਦੂਜੀ ਵਾਰੀ ਪਰਮੇਸ਼ਰ ਨੇ ਕਿਹਾ ਬਈ ਤੂੰ ਚਟਾਨ ਨੂੰ ਬੋਲਣਾ. ਇੱਥੇ ਵੀ ਇੱਕ ਬੜੀ ਗੁੰਝਲਦਾਰ ਰੈਵਲੇਸ਼ਨ ਹੈਗੀ ਆ, ਕਿਉਂਕਿ ਜਿਹੜਾ ਪਰਮੇਸ਼ਰ ਨੂੰ ਦੁੱਖ ਦਿੱਤਾ ਗਿਆ, ਜਿਹੜਾ ਸਲੀਬ ਤੇ ਜਿਹੜੀ ਉਹਨੂੰ ਮਤਲਬ ਤਸੀਹਾ ਦਿੱਤੇ ਗਏ ਉਹ ਸਿਰਫ ਇੱਕੋ ਵਾਰ ਸੀ ਸੋਟੀ, ਉਹ ਇੱਕੋ ਵਾਰ ਹੀ ਲੱਗਣੀ ਚਾਹੀਦੀ ਸੀ. ਉਦੋਂ ਬਾਅਦ ਤਾਂ ਪਰਮੇਸ਼ਰ ਨੂੰ ਸਿਰਫ ਆਪਣੀ ਆਵਾਜ਼ ਹੀ ਚਾਹੀਦੀ ਆ. And when Lord, first time Lord asked him to hit the rock, and second time he asked him to speak with the rock. And this is like first time Lord hit us with something, and second time we need to know through his words. 40 ਸਾਲਾਂ ਦੇ ਵਿੱਚ ਸਿਰਫ ਇੱਕ ਗਲਤੀ. And in 40 years just one mistake. ਇੱਕੋ ਹੀ ਗਲਤੀ ਜਿਹੜੀ ਗਲਤੀ ਨੇ ਮੂਸਾ ਦਾ ਸਾਰਾ ਜੀਵਨ ਬਦਲ ਦਿੱਤਾ ਤੇ ਉਹਨੂੰ ਐਡੀ ਵੱਡੀ ਆਫਤ ਦਾ ਸਾਹਮਣਾ ਕਰਨਾ ਪਿਆ. Just one mistake that changed his whole life and he has to face a big trouble. ਇਹ ਉਹ ਚਟਾਨ ਸੀ ਜਿਹਦੇ ਉੱਤੇ ਉਹਨੇ ਲਾਠੀ ਮਾਰੀ, ਜਿਹਦੇ ਉੱਤੇ ਸਾਡੇ ਜੀਵਨਾਂ ਦੇ ਘਰ ਬਣੇ ਹੋਏ ਨੇ, ਜਿਹਦੇ ਉੱਤੇ ਸਾਡੀਆਂ ਜ਼ਿੰਦਗੀਆਂ ਬਸਰ ਨੇ. And this is the this is a kind of rock on which our lives are established. 40 ਸਾਲਾਂ ਦੀ ਇੱਕ ਗਲਤੀ ਨੇ ਮੂਸਾ ਦੇ ਸਾਰੇ ਕੀਤੇ ਕਿਰਾਏ ਦੇ ਉੱਤੇ ਪਾਣੀ ਫੇਰਤਾ. And in that one mistake in 40 years and everything was vanished. ਇਸ ਤੋਂ ਬਾਅਦ ਮੂਸਾ ਨੇ ਬਥੇਰੇ ਤਾੜਲੇ ਕੀਤੇ, ਬੜੇ ਮੱਖਣ ਟਗਾਏ ਪਰਮੇਸ਼ਰ ਨੇ. ਜੇ ਤੁਸੀਂ ਪੜ੍ਹੋ ਇਹ ਲਿਖਿਆ ਹੋਇਆ ਇਹਦੇ ਵਿਵਸਥਾ ਸਾਰ ਦੇ ਵਿੱਚ ਉਹਦੇ ਤੀਜੇ ਅਧਿਆਏ ਦੀ 23 ਤੋਂ ਲੈ ਕੇ 26 ਤੱਕ, 23 ਤੋਂ ਲੈ ਕੇ 25 ਤੱਕ ਮੂਸਾ ਦੇ ਤਰਲੇ ਨੇ. ਉੱਥੇ ਮੈਂ ਪੜ੍ਹਦੀ ਹਾਂ, ਕਹਿੰਦਾ ਉਸ ਸਮੇਂ ਮੂਸਾ ਦੱਸ ਰਿਹਾ ਲੋਕਾਂ ਨੂੰ ਇਹ ਗੱਲ, ਕਹਿੰਦਾ ਉਸ ਸਮੇਂ ਪ੍ਰਭੂ ਅੱਗੇ ਮੈਂ ਇਹ ਕਹਿ ਕੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਰ ਤੂੰ ਕੇਵਲ ਆਪਣੇ ਦਾਸ ਨੂੰ ਹਲੇ ਤਾਂ ਬਹੁਤ ਸੋਹਣੀ ਧਰਤੀ ਦਿਖਾਈ ਹੋਈ ਆ ਪਰ ਉੱਥੇ ਲੈ ਕੇ ਨਹੀਂ ਗਿਆ, ਤੂੰ ਤਾਂ ਕਹਿੰਦਾ ਆਕਾਸ਼ ਤੇ ਧਰਤੀ ਨੂੰ ਦੇ ਉੱਤੇ ਕੋਈ ਦੇਵਤਾ ਹੀ ਨਹੀਂਗਾ ਤੇਰੇ ਵਰਗਾ, ਤੂੰ ਤਾਂ ਇੱਦਾਂ ਦਾ ਪਰਮੇਸ਼ਰ ਆ. ਇਸ ਤਰੀਕੇ ਦੇ ਨਾਲ ਉਹਨੂੰ ਮੱਖਣ ਲਗਾਇਆ ਜਾਣੀ ਕਿ ਇੱਕ ਤਰੀਕੇ ਦੇ ਨਾਲ. ਐਂਡ ਇਨ ਦ ਬੁੱਕ ਆਫ ਡਿਟਰੋਨਮੀ ਚੈਪਟਰ 3 verse 23 to 25 you can read like how he tried to betray the Lord and how he tried to
pleaded in front of him. ਕਹਿੰਦਾ ਮੈਂ ਤੇਰੇ ਅੱਗੇ ਬੇਨਤੀ ਕਰਦਾ ਵੀ ਮੈਨੂੰ ਯਰਦਨ ਤੋਂ ਪਾਰ ਲੈ ਜਾ। ਕਿਉਂ? ਯਰਦਨ ਤੋਂ ਪਾਰ ਹੀ ਪ੍ਰੋਮਿਸ ਲੈਂਡ ਸ਼ੁਰੂ ਹੋਣੀ ਸੀ। And he was like, I pray, please let me cross over the Jordan for one time, because that is the place where was the promised land. ਉਹਨੇ ਬਹੁਤ ਮਿੰਤਾਂ ਕੀਤੀਆਂ, ਬੜੇ ਤਰਲੇ ਕੀਤੇ, ਪਰ ਪਰਮੇਸ਼ਰ ਮੰਨਿਆ ਨਹੀਂ। He pleaded and prayed in front of Lord, but Lord didn't let him cross. ਤੇ ਮੂਸਾ ਲੋਕਾਂ ਨੂੰ ਕਹਿੰਦਾ ਤੁਹਾਡੀ ਖਾਤਰ ਮੈਨੂੰ ਪਰਮੇਸ਼ਰ ਦੇ ਇਹ ਸਾਰਾ ਕੁਝ ਸੁਣਨਾ ਪਿਆ, ਤੁਹਾਡੀ ਖਾਤਰ ਪਰਮੇਸ਼ਰ ਨੇ ਮੇਰੀ ਬੇਨਤੀ ਦੇ ਉੱਤੇ ਆਪਣੇ ਕੰਨ ਬੰਦ ਕਰ ਲਏ। And Lord and Moses told Israelites, like, because of you people I have to face everything and I cannot go to the promised land. ਉਹ ਗਲਤੀ ਦੀ ਸਜ਼ਾ ਕੀ ਮਿਲੀ? ਇੱਕ ਲਾਈਨ ਦੇ ਵਿੱਚ ਪਰਮੇਸ਼ਰ ਨੇ ਕਿਹਾ ਵਾ, ਬੜੀ ਜ਼ਬਰਦਸਤ ਲਾਈਨ ਆ ਉਹ। And what was the punishment for that mistake? There is a, in the one line Lord explained. ਜਦੋਂ ਮੂਸਾ ਨੇ ਕਿਹਾ ਵੀ ਮੈਨੂੰ ਯਰਦਨ ਦੀ ਧਰਤੀ ਤੇ ਲੈ ਜਾ, ਮੂਸਾ ਨੂੰ ਪਤਾ ਪ੍ਰਭੂ ਕੀ ਕਹਿੰਦੇ? ਪਰਮੇਸ਼ਰ ਕਹਿੰਦੇ, ਮੂਸਾ ਬਸ ਹੋਰ ਨਾ ਬੋਲੀ, ਤੇਰੇ ਲਈ ਇੰਨਾ ਹੀ ਬਥੇਰਾ। And when Moses pleaded to the Lord and asked him to take him to the across Jordan, and Lord said, this is enough, Moses, speak no more of this matter. Yeah, can the speak no more unto me upon on this matter. Hallelujah. Hallelujah. ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਆ ਜਿਹੜਾ ਸਾਨੂੰ ਇਹ ਜਿਹੀਆਂ ਗੱਲਾਂ ਨਹੀਂ ਬੋਲਦਾ। ਸਾਡੀਆਂ ਗਲਤੀਆਂ ਨੂੰ ਕਿਵੇਂ ਪਰਮੇਸ਼ਰ ਮਾਫ਼ ਕਰਦਾ, ਪਰ ਗੱਲ ਇਹ ਆ ਵੀ ਟਰਾਈ ਕਰੀਏ ਵੀ ਸਾਤੋਂ ਉਹੋ ਜਿਹੀ ਗਲਤੀ ਨਾ ਹੋਵੇ ਜਿਹੋ ਜਿਹੀ ਮੂਸਾ ਤੋਂ ਹੋ ਗਈ, ਸਾਤੋਂ ਉਹੋ ਜਿਹੀਆਂ ਗਲਤੀਆਂ ਨਾ ਹੋਣ ਜਿਹੜੀਆਂ ਲੋਕ ਕਰ ਬੈਠਦੇ ਨੇ, ਜਿਹਦੇ ਨਾਲ ਪਵਿੱਤਰ ਆਤਮਾ ਉਦਾਸ ਹੋ ਜਾਂਦਾ, ਜਿਹਦੇ ਨਾਲ ਪ੍ਰਭੂ ਯਸੂ ਦੀ ਕੁਰਬਾਨੀ ਦੇ ਵਾਸਤੇ ਲੋਕ ਜਿਹੜੇ ਹੈਗੇ ਨੇ ਉਹਨੂੰ ਵਾਰ ਵਾਰ ਸਲੀਬ ਦੇ ਉੱਤੇ ਚੜਾਉਂਦੇ ਆ, ਵਾਰ ਵਾਰ ਪਾਪ ਕਰਦੇ ਨੇ। And we are so blessed that our Lord is not like that. He does not punish us for everything. He does not talk to us like that. He always forgives us. But we don't need to be like Moses. We sirf ek kahani, ek galti ne ohde sare kite kiraye te pani pher ditta. Aur jivein apa bachan de vich padde hunne Matti adhyay ohde 25ve lesson de vich, ਦੀਵਿਆਂ ਦੇ ਵਿੱਚੋਂ ਤੇਲ ਮੁੱਕ ਗਿਆ, ਦਰਵਾਜ਼ਾ ਬੰਦ ਹੋ ਗਿਆ। ਕਈ ਲੋਕ ਜਹਾਜ਼ ਤੋਂ ਲੇਟ ਹੋ ਜਾਂਦੇ ਆ, ਦਰਵਾਜ਼ੇ ਬੰਦ ਹੋ ਗਏ। ਮੂਸਾ ਦਾ ਦਰਵਾਜ਼ਾ ਇਦਾਂ ਹੀ ਬੰਦ ਹੋ ਗਿਆ। And Moses closed all his doors by himself because he did not follow the commandments of the Lord. ਕੜੱਤਣ ਆਪਣੇ ਵਿੱਚ ਹੋਵੇ ਦਰਵਾਜ਼ਾ ਬੰਦ ਕਰਨ ਦਾ, ਇਹ ਵੀ ਇੱਕ ਕਾਰਨ ਆ। ਆਪਾਂ ਈਰਖਾ ਕਰਦੇ ਹਾਂ, ਆਪਾਂ ਹੰਕਾਰ ਕਰਦੇ ਹਾਂ, ਆਪਾਂ ਇਹ ਜਿਹੀਆਂ ਸਰੀਰ ਦੇ ਜਿੰਨੇ ਵੀ ਕੰਮ ਨੇ ਉਹ ਸਾਰੇ ਸਾਡੇ ਵਾਸਤੇ ਬਹੁਤ ਹੀ ਭੈੜੀ ਮਤਲਬ ਸਿਚੁਏਸ਼ਨ ਲੈ ਕੇ ਆ ਸਕਦੀ ਆ। And all those the works of the deeds of the flesh, like bitterness, pride, jealousy, everything, if we are in those things, we can close the doors ourselves. ਪਰਮੇਸ਼ਰ ਦਾ ਵਚਨ ਤਾਂ ਇਹ ਵੀ ਕਹਵੇ ਕਹਿੰਦਾ ਕਿਸੇ ਇੱਕ ਦੂਸਰੇ ਮਸੀਹੀ ਵਾਸਤੇ ਵੀ ਕੁਛ ਨਾ ਬੋਲ, ਕਿਉਂਕਿ ਉਹ ਮੇਰਾ ਸਰੀਰ ਆ, ਜੇ ਤੂੰ ਉਹਦੇ ਵਾਸਤੇ ਬੋਲੇਗਾ ਤੂੰ ਮੇਰੇ ਸਰੀਰ ਨੂੰ ਬੋਲਦਾ ਆ। And the word of God says, you should not say anything to each other because you are my body, and if you will say anything to each of them means you are accusing me. ਗਲਾਤੀਆਂ ਦੇ 5:21 ਦੇ ਵਿੱਚ ਕਿਹਾ ਹੋਇਆ ਕਹਿੰਦਾ ਇਹ ਜੇ ਕੰਮ ਕਰਨ ਵਾਲੇ ਪਰਮੇਸ਼ਰ ਦੇ ਰਾਜ ਦੇ ਵਿੱਚ ਦਾਖਲ ਨਹੀਂ ਹੋਣਗੇ। And the book of Galatians, it says those who does these kind of things, they cannot enter in the kingdom of the Lord. ਤਾਂ ਫਿਰ ਅਸੀਂ ਕੀ ਕਰੀਏ ਪ੍ਰਭੂ ਜੀ? ਅਸੀਂ ਕੀ ਕਰੀਏ? ਅਸੀਂ ਤਾਂ ਔਖੇ ਹੀ ਬੜੇ ਆ। ਪ੍ਰਭੂ ਕਹਿੰਦਾ ਕੁਛ ਨਹੀਂ ਕਰਨ ਦੀ ਲੋੜ, ਸਿਰਫ ਮਾਫ਼ ਕਰ, ਕਿਉਂਕਿ ਬਦਲਾ ਲੈਣਾ ਮੇਰਾ ਕੰਮ ਆ। Then we say, Lord, what we should do, because we are in the trouble, and Lord says, just forgiveness, because I am the one who will take the revenge. ਕਹਿੰਦਾ ਬੜਬੜਾਓ ਨਾ, ਕਹਿੰਦਾ ਗੁੱਸੇ ਦੇ ਉੱਤੇ ਸੂਰਜ ਨਾ ਡੁੱਬਣ ਦੇਵੋ। And the word of God says, you should not blabber and let not
set the sun or if you are angry. ਆਪਾਂ ਸੋਚਦੇ ਹਾਂ ਕਿ ਪਰਮੇਸ਼ਰ ਨੂੰ ਆਪਾਂ ਦੇਖ ਨਹੀਂ ਸਕਦੇ, ਆਪਾਂ ਨੂੰ ਪਰਮੇਸ਼ਰ ਨਹੀਂ ਦਿੰਦਾ, ਪਰ ਇਹ ਵੀ ਨਾ ਸੋਚੀਏ ਕਿ ਪਰਮੇਸ਼ਰ ਨੂੰ ਆਪਾਂ ਨਹੀਂ ਦਿੰਦੇ, ਕਿਉਂਕਿ ਪਰਮੇਸ਼ਰ ਦੀਆਂ ਅੱਖਾਂ ਨੇ ਜਿਹੜੀਆਂ ਉਹ ਆਪਣੇ ਉੱਤੇ ਲੱਗੀਆਂ ਵਾ। ਪ੍ਰਕਾਸ਼ ਦੀ ਪੋਥੀ ਉਹਦੇ 5ਵੇਂ ਛੇ 'ਚ ਲਿਖਿਆ ਗਿਆ, ਪਰਮੇਸ਼ਰ ਦੀਆਂ 7 ਅੱਖਾਂ ਸਾਰੇ ਸੰਸਾਰ 'ਚ ਘੁੰਮਦੀਆਂ। ਕੀ ਦੇਖਦੀਆਂ? ਆਪਣੇ 'ਤੇ ਘੁੰਮਦੀਆਂ। ਕੀ ਦੇਖਦੀਆਂ? ਕਿੱਥੇ ਤੁਸੀਂ ਬੈਠੇ ਹੋ ਅਤੇ ਕਿੱਥੇ ਤੁਸੀਂ ਖੜ੍ਹੇ ਹੋ, ਕੀ ਤੁਸੀਂ ਕਰਦੇ ਹੋ, ਕੀ ਤੁਸੀਂ ਸੋਚਦੇ ਹੋ, ਕਿਹੜੀ ਗੱਲ ਤੁਹਾਡੇ ਮਨ ਦੇ ਵਿੱਚ ਆ ਰਹੀ ਆ, ਕਿਹੜਾ ਤੁਸੀਂ ਦੂਸਰੇ ਦਾ ਬੁਰਾ ਕਰਨਾ ਚਾਹੁੰਦੇ ਹੋ। ਪਰਮੇਸ਼ਰ ਦੇ 7 ਆਤਮੇ ਇਹੀ ਕੁਛ ਕਰਨ ਦੇ ਵਾਸਤੇ ਧਰਤੀ ਦੇ ਉੱਤੇ ਘੱਲੇ ਗਏ ਨੇ। And the book of Revelation, we can read that the 7 eyes and the 7 spirit of the Lord are wandering on this earth, and they are the nose and they are watching over us that what we do and what we say. Zechariah 4:10 ਦੇ ਵਿੱਚ ਵੀ ਲਿਖਿਆ ਹੈ ਪਰਮੇਸ਼ਰ ਦੇ ਜਿਹੜੀਆਂ ਇਹ 7 ਅੱਖਾਂ ਨੇ ਸਾਰੇ ਸੰਸਾਰ ਦੇ ਉੱਤੇ ਘੁੰਮਦੀਆਂ, ਸਕੈਨ ਕਰਦੀਆਂ ਨੇ ਸਾਰੇ ਸੰਸਾਰ ਨੂੰ। And in Zechariah 4:10 it says they are the eyes of the Lord which scan to and fro throughout the whole earth. ਉਹਦੀਆਂ ਜਿਵੇਂ ਆਪਾਂ ਗੀਤ ਇੱਕ ਪੜ੍ਹਿਆ ਸੁਣਿਆ, ਉਹਦੀਆਂ ਨਿਗਾਹਾਂ ਤਾਂ ਪਤਾਲਾਂ ਦੇ ਵਿੱਚ ਵੀ ਆ, ਉਹਦੀਆਂ ਨਿਗਾਹਾਂ ਤਾਂ ਸਮੁੰਦਰਾਂ ਦੇ ਥੱਲੇ ਵੀ ਆ, ਉਹਦੀਆਂ ਨਿਗਾਹਾਂ ਨੇ ਜਿਹੜੀਆਂ ਹਨੇਰਿਆਂ ਦੇ ਵਿੱਚ ਵੀ, ਹਨੇਰੇ ਵੀ ਉਹਦੇ ਵਾਸਤੇ ਕੁਛ ਨਹੀਂ, ਉਹ ਵੀ ਉਹਦੇ ਵਾਸਤੇ ਵੱਡਾ ਚਾਨਣ ਆ। And he can see it through the deep pit, and he can see through the seas and in the darkness too, he can see through everywhere. ਸੇ ਬਚਨ ਆਪਾਂ ਨੂੰ ਬਾਰ ਬਾਰ ਕਹਿੰਦਾ ਵੀ ਆਪਾਂ ਗਲਤੀ ਨਾ ਕਰੀਏ, ਗਲਤੀ ਜੇ ਕਰ ਲਈ ਮਾਫੀ ਮੰਗ ਕੇ ਉਹਨੂੰ ਬਾਰ ਬਾਰ ਦੁਹਰਾਈਏ ਨਾ। And the word of God says we should not make a mistake, and if by chance we have made a mistake, we should not repeat it again, we should just ask for forgiveness. ਆਪਾਂ ਭਾਵੇਂ ਆਪਾਂ ਗ੍ਰੇਸ ਪੀਰੀਅਡ ਦੇ ਵਿੱਚ ਰਹਿੰਦੇ ਹਾਂ, ਪਰ ਫਿਰ ਵੀ ਇਹ ਗੱਲਾਂ ਕਿਸੇ ਨਾ ਕਿਸੇ ਤਰੀਕੇ ਨਾਲ ਪਰਮੇਸ਼ਰ ਹਰੇਕ ਚੀਜ਼ ਨੂੰ ਨੋਟ ਕਰਦਾ ਆ, ਮਾਫ ਵੀ ਕਰ ਦੂਗਾ, ਪਰ ਉਹਦਾ ਕੁਛ ਨਾ ਕੁਛ ਮਤਲਬ ਉਹ ਅਫਜ਼ਾਨਾ ਦਿੰਦਾ ਹੀ ਦਿੰਦਾ ਆ, ਅਫਜ਼ਾਨਾ ਕਹਿੰਦੇ ਆ ਜਾਂ ਕੁਛ ਭਾਵ ਕਹਿਣ ਤੋਂ ਇਹ ਆ, ਕਦੇ ਵੀ ਇਹੋ ਜਿਹੀ ਚੀਜ਼ ਨਾ ਕਰੀਏ ਜਿਹਦੇ ਨਾਲ ਪਰ ਆਪਾਂ ਨੂੰ ਇਹ ਲੱਗੇ ਵੀ ਪਵਿੱਤਰ ਆਤਮਾ ਉਦਾਸ ਹੋ ਗਿਆ ਅਤੇ ਆਪਣੇ ਦਿਲ ਉਦਾਸ, ਆਪਾਂ ਕਿਸੇ ਦਾ ਦਿਲ ਮਨ ਉਦਾਸ ਕਰ ਦਿੱਤਾ। And though we are living in the period of grace, but we still should know that we're going to face the consequences for our mistakes, and we should not hurt the Holy Spirit or the heart of our brothers and sisters. ਧੰਨਵਾਦ ਹੋਵੇ ਪਰਮੇਸ਼ਰ ਪ੍ਰਭੂ ਯਿਸੂ ਦਾ ਜਿਹਨੇ ਆਪਣੀ ਸਜ਼ਾ, ਜਿਹੜੀ ਆਪਣੀ ਸਜ਼ਾ ਸੀਗੀ ਉਹ ਪਰਮੇਸ਼ਰ ਨੇ ਆਪਣੇ ਸਿਰ ਦੇ ਉੱਤੇ ਚੱਕ ਲਈ, ਆਪਣੀ ਖਾਤਰ ਉਹ ਕਤਲ ਹੋਇਆ, ਆਪਣੀ ਖਾਤਰ ਉਹਨੇ ਲਹੂ ਬਹਾਇਆ, ਆਪਣੀ ਖਾਤਰ ਸੰਸਾਰ ਸਵਰਗ ਨੂੰ ਛੱਡ ਕੇ ਇਸ ਧਰਤੀ ਦੇ ਉੱਤੇ ਆਇਆ। ਕਿਹਦੀ ਖਾਤਰ? ਆਪਣੀ ਖਾਤਰ, ਤਾਂ ਕਿ ਆਪਾਂ ਬਚਾਏ ਜਾਈਏ। And we should give thanks to the Lord Jesus who came from the heaven to the earth for us, who sacrificed himself, who shedded his blood for us, and who took our sins and forgave us. ਕਿਉਂ? ਕਿਉਂਕਿ ਉਹਨੇ ਸਾਡੇ ਤੇ, ਅਸੀਂ ਕੋਈ ਮੂਸਾ ਨਾਲੋਂ ਬਹੁਤੇ ਚੰਗੇ ਨਹੀਂ ਸੀ, ਪਰ ਉਹਨੇ ਸਾਡੇ ਤੇ ਕਿਰਪਾ ਕੀਤੀ, ਉਹਨੇ ਸਾਡੇ ਤੇ ਦਇਆ ਕੀਤੀ, ਇਸ ਕਰਕੇ ਇਸ ਕਿਰਪਾ ਨੂੰ ਸੰਭਾਲ ਕੇ ਰੱਖੀਏ, ਇਸ ਕਿਰਪਾ ਦਾ ਆਦਰ ਕਰੀਏ, ਇਸ ਕਿਰਪਾ ਦਾ ਰਿਸਪੈਕਟ ਕਰੀਏ, ਤਾਂ ਕਿ ਇਹ ਕਿਰਪਾ ਸਾਡੇ ਵਾਸਤੇ ਇੱਕ ਬਰਕਤ ਬਣੇਗੀ। We are no way better than Moses, but this is the grace of the Lord who saved us, so we should respect and we should save that grace for us. ਮਸੀਹੀ ਜੀਵਨ ਆ ਜਿਹੜਾ ਇੱਕ ਸਤਰਕ ਰਹਿਣ ਦਾ, ਮਤਲਬ ਅਲਰਟ ਰਹਿਣ ਦਾ ਜੀਵਨ ਆ। And the life of the Christ is to be cautious. ਮਸੀਹੀ ਜੀਵਨ ਆ ਜਿਹੜਾ ਪਰਮੇਸ਼ਰ ਦੇ ਹੁਕਮਾਂ ਤੇ ਚੱਲਣ ਵਾਲਾ, ਪਰਮੇਸ਼ਰ ਦੇ ਬਚਨਾਂ ਤੇ ਚੱਲਣ ਵਾਲਾ, ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਚੱਲਣ ਵਾਲੇ ਜੀਵਨ ਨੂੰ ਮਸੀਹੀ ਜੀਵਨ ਕਹਿੰਦੇ ਆ।
and those the believers who follow the commandments of the Lord and who walk on his words, those are the real believers. ਅਸੀਂ ਚਾਹੁੰਦੇ ਹਾਂ ਕਿ ਮਸੀਹ ਸਾਡੀਆਂ ਲੜਾਈਆਂ ਲੜੇ. We want that Christ should fight for us. ਤੇ ਫਿਰ ਕੀ ਕਰਨਾ ਪਊ? ਸਾਨੂੰ ਪੂਰੇ ਤਰੀਕੇ ਦੇ ਨਾਲ ਸ਼ਸਤਰ ਵਸਤਰ ਪਹਿਨ ਕੇ ਉਹਦੀ ਫੌਜ ਦੇ ਵਿੱਚ ਭਰਤੀ ਹੋਣਾ ਪੈਣਾ. Then we need to be take all our weapons and we need to enter in the in his army. ਇਹ ਨਹੀਂ ਵੀ ਅਸੀਂ ਤਾਂ ਆਪਣੇ ਸਿਵਲ ਕੱਪੜਿਆਂ 'ਚ ਹੀ ਫਿਰਦੇ ਰਹੀਏ ਤੇ ਪਰਮੇਸ਼ਰ ਸਾਡੇ ਲਈ ਲੜਾਈਆਂ ਲੜੀਏ. ਪ੍ਰਭੂ ਕਹਿੰਦਾ ਕਿ ਇਹ ਲੜਾਈਆਂ ਮੇਰੀਆਂ ਨੇ, ਮੈਂ ਤੁਹਾਡੀ ਲੜਾਈ ਲੜਨੀ ਆ. And Lord says these your fights are mine and I'm gonna fight for you. ਪਰ ਆਪਾਂ ਕੀ ਕਹਿੰਦੇ? ਆਪਾਂ ਕਹਿੰਦੇ ਨਹੀਂ ਪ੍ਰਭੂ, ਤੈਨੂੰ ਨਹੀਂ ਪਤਾ ਇਹਨੇ ਮੇਰੇ ਵਾਸਤੇ ਕੀ ਕਰ ਦਿੱਤਾ, ਇਹਨੂੰ ਤਾਂ ਮੈਂ ਹੀ ਨਿਪਟੂੰਗਾ, ਤੈਨੂੰ ਵੀ ਪਤਾ ਹੈ ਇਹਨੇ ਮੇਰੇ ਨਾਲ ਕੀ ਕੀਤਾ ਆ. But we says, Lord, you don't know what this brother or sister did to me. I am going to handle it my way. You don't know anything. ਪਰ ਹੁੰਦਾ ਕੀ ਆ? ਫਿਰ ਅਸੀਂ ਹਾਰ ਜਾਂਦੇ ਆ. But then what happens? ਅਸੀਂ ਹਾਰ ਜਾਂਦੇ ਆ. We feel defeated. ਅਸੀਂ ਹਾਰ ਜਾਂਦੇ ਆ. ਪੂਰੇ ਤਰੀਕੇ ਨਾਲ ਹਾਰ ਜਾਂਦੇ ਆ ਜਦੋਂ ਅਸੀਂ. ਕਿਉਂ? ਕਿਉਂਕਿ ਜਦੋਂ ਸਟਰਗਲ ਕਰਦੇ ਆ ਇਹਦਾ ਮਤਲਬ ਇਹ ਆ ਵੀ ਸਾਡੀ ਗੱਡੀ ਸਹੀ ਨਹੀਂ ਚੱਲ ਰਹੀ. And when we are struggling through something, that means we are not on a right track. ਬਚਨ ਦੇ ਵਿੱਚ ਲਿਖਿਆ ਹੈ ਜੇ ਸਾਡੀ ਗੱਡੀ ਸਹੀ ਚੱਲਦੀ ਹੈ ਸਾਨੂੰ ਸਟਰਗਲ ਕਰਨ ਦੀ ਲੋੜ ਨਹੀਂ. And in the word of God says if we are on the right track then we don't need to struggle. ਜਿਹੜੀ ਸਭ ਤੋਂ ਪੁਰਾਣੀ ਬਾਈਬਲ ਸੀ ਨਾ, ਜਿਹੜੀ ਪਹਿਲੀ ਬਾਈਬਲ ਸੀ, ਉਹ ਚਮੜੇ ਦੀ ਪੱਤਰ ਦੇ ਉੱਤੇ ਲਿਖੀ ਗਈ ਸੀ. And the first Bible was written on the leather sheet. ਉਹਦੇ ਉੱਤੇ ਉਹਨੂੰ ਪਹਿਲਾਂ ਬਹੁਤ ਤਰੀਕੇ ਨਾਲ ਮਹੀਨ ਕੀਤਾ ਗਿਆ, ਉਹਨੂੰ ਮਤਲਬ ਸਾਫ਼ ਕੀਤਾ ਗਿਆ, ਇਸ ਤਰੀਕੇ ਦੇ ਨਾਲ ਸਾਫ਼ ਕੀਤਾ ਗਿਆ ਕਿ ਉਹਦੇ ਉੱਤੇ ਲਿਖਿਆ ਜਾ ਸਕੇ. And it was polished and they made it well so that they can write down on it. ਤੇ ਉਹਦੇ ਵਿੱਚ ਲਿਖਣ ਵਾਸਤੇ ਇੰਕ ਜਿਹੜੀ ਉਹ ਵੀ ਸਪੈਸ਼ਲ ਸੀ. And the ink was also special to write on that leather. ਉਹਦੇ ਉੱਤੇ ਲਿਖਦਿਆਂ ਲਿਖਦਿਆਂ ਜੇ ਕੋਈ ਗਲਤੀ, ਪਹਿਲੀ ਗੱਲ ਇਹ ਹੈ ਜਿਹੜਾ ਵੀ ਕੋਈ ਲਿਖਦਾ ਸੀ, ਜਿਹੜਾ ਲੇਖਕ ਸੀ, ਉਹ ਘੱਟੋ ਘੱਟ ਕਹਿੰਦੇ ਕਿ 100 ਤੋਂ ਜ਼ਿਆਦਾ ਵਾਰ ਉਹਦੀ ਪ੍ਰੈਕਟਿਸ ਕਰਦਾ ਸੀ ਵੀ ਇਹਦੇ ਉੱਤੇ ਲਿਖਣਾ ਕਿਵੇਂ ਆ. ਐਂਡ ਦ ਰਾਈਟਰ ਹੂ ਯੂਜ਼ ਟੂ ਰਾਈਟ ਔਨ ਦੈਟ ਲੈਦਰ, ਦੇ ਯੂਜ਼ ਟੂ ਪ੍ਰੈਕਟਿਸ 100 ਟਾਈਮ ਬਿਫੋਰ ਦੇ ਰਾਈਟ. ਫਿਰ ਵੀ ਲਿਖਦਿਆਂ ਲਿਖਦਿਆਂ ਵੀ ਜੇ ਕੋਈ ਲਖੀਰ ਦੀ ਵੀ ਗਲਤੀ ਪੈ ਜਾਂਦੀ ਸੀ ਤੇ ਮੁੜ ਕੇ ਦੁਬਾਰਾ ਸ਼ੁਰੂ ਕਰਨਾ ਪੈਂਦਾ ਸੀ. ਇਹ ਨਹੀਂ ਵੀ ਉੱਥੇ ਕਰਕੇ ਕੱਟ ਕੇ ਗਾਹਾਂ ਲਿਖ ਲਓ. ਐਂਡ ਇਫ ਸਮਟਾਈਮ ਦੇ ਮੇਕ ਅ ਮਿਸਟੇਕ ਵੈਨ ਰਾਈਟਿੰਗ ਔਨ ਦੈਟ ਲੈਦਰ, ਦੇ ਯੂਜ਼ ਟੂ ਰੀਸਟਾਰਟ ਇਟ from the beginning. They could not cut it or they could not erase it from there. ਜਦੋਂ ਇਹ ਲਿਖੀ ਜਾਂਦੀ ਸੀ ਤਾਂ ਉੱਥੇ ਜਦੋਂ ਵਚਨ ਅੱਖਰ ਆਉਂਦਾ ਸੀ, ਸ਼ਬਦ ਆਉਂਦਾ ਸੀ ਯਹੋਵਾ, ਜਦੋਂ ਯਹੋਵਾ ਸ਼ਬਦ ਆਉਂਦਾ ਸੀ ਉਸੇ ਵੇਲੇ ਲੇਖਕ ਜਿਹੜਾ ਸੀ ਆਪਣੀ ਕਲਮ ਨੂੰ ਛੱਡ ਕੇ ਇਸ਼ਨਾਨ ਕਰਨ ਜਾਂਦਾ ਸੀ. And when they used to write on it and suppose there was a word Yehovah, the writer used to leave his pen on over there and they used to go and take bath first. ਜਿਹੜੀ ਅਮਰੀਕਨ ਸਟੈਂਡਰਡ ਵਰਜ਼ਨ ਆ ਉਹਦੇ ਵਿੱਚ ਦੱਸਿਆ ਗਿਆ ਕਿ ਯਹੋਵਾ ਲਫ਼ਜ਼ ਆ ਜਿਹੜਾ ਓਲਡ ਟੈਸਟਾਮੈਂਟ ਦੇ ਵਿੱਚ 6823 ਵਾਰ ਆਇਆ ਹੋਇਆ. And in the American Standard Version it says the word Yehovah used 6823 times.
If then I am the Father, where is my honor? And if I am a master, where is my reverence? Says the Lord of hosts. ਕਹਿੰਦਾ ਪੁੱਤਰ ਆ ਜਿਹੜਾ ਉਹ ਪਿਤਾ ਦਾ ਆਦਰ ਕਰਦਾ, ਜਿਹੜਾ ਦਾਸ ਆ ਉਹ ਆਪਣੇ ਮਾਲਕ ਦਾ ਆਦਰ ਕਰਦਾ। ਜੇ ਤੁਸੀਂ ਮੈਨੂੰ ਪਿਤਾ ਪਿਤਾ ਕਹਿੰਦੇ ਹੋ, ਤੁਸੀਂ ਮੇਰਾ ਆਦਰ ਕਿਉਂ ਨਹੀਂ ਕਰਦੇ? ਤੁਸੀਂ ਮੇਰੇ ਤੋਂ ਕਾਹਤੋਂ ਨਹੀਂ ਡਰਦੇ? And Lord questioned them, he was like, if you ask is I am your father or your master, then why you don't give me a reverence? ਆਦਰ ਕਰਨਾ ਚਾਹੁੰਦੇ ਆ ਤਾਂ ਯਹੂਦੀਆਂ ਤੋਂ ਸਿੱਖੀਏ। And if we want to give him a respect and reverence which are learned from the Jews. ਜਿਨ੍ਹਾਂ ਦਾ ਆਦਰ ਕਰਦਾ ਕਿਉਂ? ਕਿਉਂਕਿ ਉਹ ਪਿਤਾ ਪਰਮੇਸ਼ਰ ਦਾ ਆਦਰ ਕਰਦੇ ਨੇ। Everyone gives respect to Jewish people because they give respect to the Lord Father. ਜਦੋਂ ਆਪਾਂ ਐਸਤਰ ਦੀ ਕਿਤਾਬ ਪੜ੍ਹਦੇ ਆ, when we read book of Esther, ਉਹਦੇ ਵਿੱਚ ਇੱਕ ਹਮਾਨ ਨਾਂ ਦਾ ਬੰਦਾ ਹੈ ਜਿਹੜਾ ਮੁੱਖ ਅਧਿਕਾਰੀ ਹੁੰਦਾ ਆ ਉੱਥੇ ਰਾਜੇ ਦਾ। And in that book there is a servant of the king, his name is Haman. ਤੇ ਉਹ ਜਿਹੜਾ ਬੰਦਾ ਉਹ ਯਹੂਦੀਆਂ ਨੂੰ ਬਹੁਤ ਨਫ਼ਰਤ ਕਰਦਾ ਹੁੰਦਾ। And he used to hate Jewish people. ਜਦੋਂ ਉੱਥੇ ਉਹਦੀ ਜਿਹੜੀ ਐਸਤਰ ਸੀ, ਉਹਦਾ ਚਾਚਾ ਵੀ ਉੱਥੇ ਕੰਮ ਕਰਦਾ ਸੀ ਜਿਹਦਾ ਨਾਂ ਸੀ ਮਰਦਕਈ, ਜੋ ਕਿ ਯਹੂਦੀ ਸੀਗਾ। And Esther's uncle used to work there too, and he was a Jewish. ਤੁਹਾਨੂੰ ਪਤਾ ਵੀ ਜਿਹੜੇ ਯਹੂਦੀ ਨੇ ਉਹ ਕਦੇ ਵੀ ਕਿਸੇ ਦੇ ਮੂਹਰੇ ਸਿਰ ਨਹੀਂ ਝੁਕਾਉਂਦੇ, ਨਾ ਉਹ ਕਿਸੇ ਨੂੰ ਨਮਸਕਾਰ ਕਰਦੇ ਆ ਬਗੈਰ ਪਰਮੇਸ਼ਰ। And you know, Jewish people do not bow it down in front of everyone or they do not give respect to anyone instead of Lord. ਤੇ ਉਹ ਜਿਹੜਾ ਹਮਾਨ ਸੀ ਉਹਨੇ ਮੱਥ ਲਿਆ ਸੀ, ਕਹਿੰਦਾ ਵੀ ਇਹ ਮੇਰੇ ਮੂਹਰੇ ਸਿਰ ਨਹੀਂ ਝੁਕਾਉਂਦਾ, ਜਦੋਂ ਮੈਂ ਜਾਣਾ ਮੈਨੂੰ ਸਲਾਮ ਨਹੀਂ ਕਰਦਾ, ਕਹਿੰਦਾ ਮੈਂ ਇਹਨੂੰ ਅਪਮਾਨਿਤ ਕਰਨਾ ਆ। And Haman made a pledge. He was like, I'm gonna insult this person because he does not bow down in front of me. ਉਹਨੇ ਇਹ ਗੱਲ ਜਾ ਕੇ ਆਪਣੀ ਵਾਈਫ ਨੂੰ ਤੇ ਆਪਣੇ ਬੱਚਿਆਂ ਨੂੰ ਵੀ ਫਰੈਂਡਸ ਨੂੰ ਦੱਸੀ, ਕਹਿੰਦਾ ਕਿ ਮੈਂ ਹਮਾਨ ਆ ਜਿਹੜਾ ਆਪਣੇ ਮਾਰਦ ਕਹੀ ਆ ਜਿਹੜਾ ਉਸ ਨੂੰ ਮੈਂ ਅਪਮਾਨਿਤ ਕਰਨਾ ਆ। And he told his family too, he is like, I'm gonna insult this Mordecai. ਪਰ ਉਹਦੀ ਵਾਈਫ ਤੇ ਉਹਦੇ ਫਰੈਂਡ ਕਹਿੰਦੇ, ਹਮਾਨ ਹੈ, ਤੂੰ ਮਾਰਦ ਕਹੀ ਨੂੰ ਕਦੇ ਵੀ ਅਪਮਾਨਿਤ ਨਹੀਂ ਕਰ ਸਕਦਾ, ਕਾਹਤੋਂ? ਕਿਉਂਕਿ ਉਹ ਯਹੂਦੀ ਆ। And their family told him, Haman, you cannot insult Mordecai any time because he is a Jewish person. ਹੋਇਆ ਵੀ ਇਸੇ ਤਰ੍ਹਾਂ, ਉਹਨੇ ਪੋਲ ਗੱਡ ਲਿਆ ਸੀ ਉਹਨੂੰ ਫਾਂਸੀ ਦੇਣ ਵਾਸਤੇ, ਜਿਹਦੇ ਉੱਤੇ ਮੁੜ ਕੇ ਉਹਨੂੰ ਚੜ੍ਹਨਾ ਪਿਆ, ਤੇ ਮਾਰਦਕਈ ਨੂੰ ਵੱਡਾ ਥਾਂ ਮਿਲਿਆ ਉਸ ਰਾਜੇ ਦੇ ਰਾਜ ਦੇ ਵਿੱਚ। And this same thing happened when he tried to hang Mordecai on the pole, he ended hanging himself over there. ਇਹ ਪਰਮੇਸ਼ਰ ਪਵਿੱਤਰ ਪਰਮੇਸ਼ਰ ਆ, ਇਹ ਪਰਮੇਸ਼ਰ ਆਦਰ ਦੇ ਯੋਗ ਪਰਮੇਸ਼ਰ ਆ, ਇਹ ਪਰਮੇਸ਼ਰ ਮੰਨਣ ਯੋਗ ਪਰਮੇਸ਼ਰ ਆ। And our Lord is holy Lord who deserves honor and reverence. ਦੇਖੋ ਕੋਈ ਗਲਤੀ ਕਰ ਰਿਹਾ ਇਸ ਲਈ ਇਹਦੇ ਖਿਲਾਫ, ਇਹ ਬੜਾ ਬਹੁਤ ਦਿਆਲੂ ਕਿਰਪਾਲੂ ਤੇ ਕਠੋਰ। ਰੋਮਨ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ, ਥੋੜਾ ਜਿਹਾ ਧਿਆਨ ਦੇਵੋ ਉਹਦੀ ਦਿਆਲਤਾ ਵੱਲ ਵੀ ਤੇ ਉਹਦੀ ਕਠੋਰਤਾ ਵੱਲ ਵੀ। And make sure you should not commit any mistake against him because he is a gracious and he is a very harsh Lord. ਇਸ ਪਰਮੇਸ਼ਰ ਤੋਂ ਬਗੈਰ ਧਰਤੀ ਦੇ ਉੱਤੇ ਕੋਈ ਹੋਰ ਹੈ ਨਹੀਂਗਾ ਜਿਹਦੇ ਰਾਹੀਂ ਆਪਾਂ ਬਚਾਏ ਜਾਵਾਂਗੇ। ਮੁਕਤੀ ਆ ਤੇ ਸਿਰਫ ਯਸੂ ਮਸੀਹ ਤੋਂ ਆ। ਯਸੂ ਮਸੀਹ ਤੋਂ ਬਗੈਰ ਧਰਤੀ ਦੇ ਉੱਤੇ ਨਾ ਅਸਮਾਨਾਂ 'ਚ ਨਾ ਥੱਲੇ ਕੋਈ ਹੋਰ ਨਾ ਹੀ ਨਹੀਂ ਦਿੱਤਾ ਗਿਆ ਜਿਹਦੇ ਅਸੀਂ ਮੁਕਤੀ ਪ੍ਰਾਪਤ ਕਰਨੀ ਆ। ਹਾਲੇਲੂਯਾ। There is no one else on this earth above the heavens or in the pit who can give us a salvation. Only the Lord Jesus Christ is the one who can save us and ਇਹ ਗੱਲ ਕਹਿ ਕੇ ਆਪਾਂ ਫਿਨਿਸ਼ ਕਰਦੇ ਹੈਗੇ ਆ। And we're going to finish on one thing. ਪਾਸਟਰ ਜੀ ਸਟੱਡੀ ਦੇ ਰਹੇ ਨੇ ਬੁੱਧਵਾਰ ਨੂੰ ਜਿਹੜੀ ਆਪਣੀ ਜ਼ੂਮ ਦੇ ਉੱਤੇ। Pastor ji giving us a study on Zoom on Wednesday. ਤਕਰੀਬਨ ਹਰੇਕ ਸਟੱਡੀ ਦੇ ਵਿੱਚ ਉਹ ਕਹਿੰਦੇ ਆ ਵੀ ਚਾਰ ਗੱਲਾਂ ਦੇ ਉੱਤੇ ਮੁੱਖ ਧਿਆਨ ਦੇਵੋ ਆਪਣਾ। And in each and every study he always says
pay attention to four things. Number 1 vachan padhna. Number 1 to read the word of God. Dooja rooh de vich dua karna. And pray in spirit. Teeja sangati karni. And third is fellowship. Chautha worship karni. And fourth is to know worship. Eh chaare cheeja saadiyan galtiyan de vich sanu galtiyan dikhaun de vich te galtiyan de utte jitt paun de vich madad kardiyan ne. And these four things can enlighten our mistakes and they can also guide us how to be victorious on these oh sarv shaktiman pita parmeshwar a daya da sama kripa da sama chal reha jadon galti hundi a musa angu eh na hove ke musa angu galti karke assi kithe reh na jaiye vachan de vich likha koi reh na jave abrahamiyan di kitab ch likha koi reh na jave kithon oh dhardi zindagi to oh anant jeevan to koi reh na jave is karke galti ho gayi ਮਾਫੀ ਮੰਗੋ ਉਹ ਪਰਮੇਸ਼ਰ ਭਲਾ ਪਰਮੇਸ਼ਰ ਅਤੇ ਸਾਨੂੰ ਹਮੇਸ਼ਾ ਮਾਫ ਕਰਦਾ ਹੈ And today is the time of grace and mercy and we should not stay behind like Moses because of our mistakes we gonna go there in the kingdom of God and we need to come over our mistakes as our Lord he is the one who forgive us ਜਿਹੜੀਆਂ ਚਾਰ ਚੀਜ਼ਾਂ ਦੱਸੀਆਂ ਬਚਨ ਪੜ੍ਹਨਾ ਰੂਹ ਦੇ ਵਿੱਚ ਦੁਆ ਕਰਨੀ ਵਰਸ਼ਿਪ ਕਰਨੀ ਤੇ ਸੰਗਤੀ ਕਰਨੀ ਇਹ ਚਾਰਾਂ ਦੇ ਨਾਲ ਕਿਵੇਂ ਕਾਤੋਂ ਬਰਕਤ ਮਿਲਦੀ ਆ ਕਿਉਂਕਿ ਇਹਦੇ ਪਿੱਛੇ ਸਰਵ ਸ਼ਕਤੀਮਾਨ ਦਾ ਹੱਥ ਹੁੰਦਾ And why these four things gives us blessing because Lord is working behind all these four things. ਇਸ ਕਰਕੇ ਜ਼ਰੂਰੀ ਆ ਇਹ ਚਾਰਾਂ ਚੀਜ਼ਾਂ ਵੱਲ ਧਿਆਨ ਕਦੇ ਸੰਗਤੀ ਕਰਨੀ ਨਾ ਛੱਡੋ ਚਰਚਾਉਣਾ ਕਦੇ ਨਾ ਛੱਡੋ ਬਚਨ ਸਵੇਰੇ ਸ਼ਾਮ ਪੜ੍ਹਨਾ ਕਦੇ ਨਾ ਛੱਡੋ ਪਰਮੇਸ਼ਰ ਦੀ ਆਗਿਆ ਦਾ ਪਾਲਣ ਕਰਨਾ ਕਦੇ ਨਾ ਛੱਡੋ ਭੈਣੋ ਤੇ ਭਰਾਵੋ ਹੋਰ ਕੋਈ ਚੀਜ਼ ਆਪਾਂ ਨੂੰ ਧੁਰ ਤੱਕ ਨਹੀਂ ਪਹੁੰਚਾ ਸਕਦੀ ਸਿਰਫ ਤੇ ਸਿਰਫ ਪ੍ਰਭੂ ਯਿਸੂ ਮਸੀਹ ਇਹਦੇ ਵਰਗਾ ਕੋਈ ਪਰਮੇਸ਼ਰ ਨਹੀਂ ਗਾ ਹਾਲੇਲੂਇਆ We should never leave reading the word of God or doing the prayer or worshiping the Lord or coming to the church because these are the only thing that can take us to the eternal life Musa di galti dassi vi hai vachan de vich ka to apan nu ta dassiye taaki apan na ho ji koi galti kar baithiye and why I showed you the mistake of Moses so that we should not commit the same mistake sare khade ho jange let's stand all together prarthna karde ek choti jehi ajj apan dusri prarthna nahi kar sakange ਹਾਲੇਲੂਇਆ ਹਾਲੇਲੂਇਆ ਆਪਣੇ ਦਿਲਾਂ ਦੇ ਉੱਤੇ ਹੱਥ ਰੱਖ ਲਈਏ ਆਪਣੇ ਆਪ ਨੂੰ ਤਾਕਤ ਮੰਗੀਏ ਪਰਮੇਸ਼ਰ ਦੀ ਉਹਦੀ ਰੂਹ ਦੀ ਤਾਕਤ ਮੰਗੀਏ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਜੀ ਤੇਰਾ ਸ਼ੁਕਰ ਤੇਰਾ ਧੰਨਵਾਦ ਕਰਦੇ ਹਾਂ ਆਪਣੇ ਮੂੰਹਾਂ ਨਾਲ ਜੇ ਅਗਰ ਸੋਚੋ ਆਪਣੇ ਮਨਾਂ ਦੇ ਵਿੱਚ ਤੀਕ ਤੋਂ ਕੋਈ ਗਲਤੀ ਤਾਂ ਨਹੀਂ ਹੋਗੀ ਕੀ ਪਰਮੇਸ਼ਰ ਦੇ ਖਿਲਾਫ਼ ਕੁਛ ਬੋਲਿਆ ਤਾਂ ਨਹੀਂ ਗਿਆ ਕਿ ਕੀ ਪਰਮੇਸ਼ਰ ਦੇ ਸਰੀਰ ਦੇ ਖਿਲਾਫ਼ ਕੁਛ ਬੋਲਿਆ ਤਾਂ ਨਹੀਂ ਗਿਆ ਕੀ ਕੁਛ ਆਤਮਾ ਨੂੰ ਉਦਾਸ ਕਰਨ ਵਾਸਤੇ ਕਿਹਾ ਤਾਂ ਨਹੀਂ ਗਿਆ ਆਪਣੀ ਆਪਣੀ ਗਲਤੀ ਆਪੇ ਮੰਨੀਏ ਆਪਾਂ ਅੱਜ ਹਾਲੇਲੂਇਆ ਹਾਲੇਲੂਇਆ ਪ੍ਰਭੂ ਤੇਰਾ ਧੰਨਵਾਦ ਕਰਦੇ ਹਾਂ ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਕਿ ਤੂੰ ਭਲਾ ਪਰਮੇਸ਼ਰ ਆ ਚੰਗਾ ਪਰਮੇਸ਼ਰ ਆ ਦਿਆਲੂ ਔਰ ਕਿਰਪਾਲੂ ਪਿਤਾ ਪਰਮੇਸ਼ਰ ਆ ਪ੍ਰਭੂ ਜੀ ਅਸੀਂ ਸਾਰੇ ਜਾਣੇ ਪ੍ਰਭੂ ਜੀ ਸੁਣਸੀ ਆਪਣੀਆਂ ਗਲਤੀਆਂ ਗੁਨਾਹਾਂ ਦੀ ਤੇ ਤੋਂ ਮਾਫੀ ਮੰਗਦੇ ਹਾਂ ਪਿਤਾ ਪਰਮੇਸ਼ਰ ਤੂੰ ਮਾਫ ਕਰਨ ਵਾਲਾ ਪਰਮੇਸ਼ਰ ਆ ਪਿਤਾ ਪਰਮੇਸ਼ਰ ਦਇਆ ਕਰ ਆਪਣੇ ਬੱਚਿਆਂ ਤੇ ਤੇ ਪ੍ਰਭੂ ਜੀ ਸਾਨੂੰ ਹਿੰਮਤ ਦਿਓ ਤਾਕਤ ਦਿਓ ਸ਼ਕਤੀ ਦਿਓ ਤਾਂ ਕਿ ਅਸੀਂ ਉਹਨਾਂ ਗਲਤੀਆਂ ਨੂੰ ਦੁਹਰਾ ਨਾ ਸਕੀਏ ਪਿਤਾ ਪਰਮੇਸ਼ਰ ਮੂਸਾ ਨੇ ਇੱਕ ਗਲਤੀ ਕੀਤੀ ਪਿਤਾ ਪਰਮੇਸ਼ਰ ਤੂੰ ਉਹਨੂੰ ਮਾਫ ਨਹੀਂ ਕੀਤਾ ਪਿਤਾ ਪਰਮੇਸ਼ਰ ਉਹ ਉਸ ਧਰਤੀ ਨੂੰ ਨਹੀਂ ਦੇਖ ਸਕਿਆ ਪਰ ਪਿਤਾ ਪਰਮੇਸ਼ਰ ਤੂੰ ਸਾਡੇ ਵਾਸਤੇ ਆਪਣੀ ਜਾਨ ਦੇ ਕੇ ਸਾਨੂੰ ਆਪਣੀ ਗੋਦ ਲੈ ਸੰਤਾਨ ਬਣਾਇਆ ਪਿਤਾ ਪਰਮੇਸ਼ਰ ਖੁਦਾਵੰਦਾ ਫਿਰ ਵੀ ਅਸੀਂ ਤੇਰੀ ਕਿਰਪਾ ਦਾ ਨਜਾਇਜ਼ ਫਾਇਦਾ ਨਾ ਉਠਾਈਏ ਪ੍ਰਭੂ ਜੀ ਸਾਡੇ ਤੇ ਕਿਰਪਾ ਕਰੋ ਦਇਆ ਕਰੋ ਮੇਰੇ ਪਰਮੇਸ਼ਰ ਖੁਦਾਵੰਦਾ ਅਸੀਂ ਸਾਰੀ ਦੁਆ ਮੰਗਦੇ ਹਾਂ ਯਿਸੂ ਮਸੀਹ ਨਾਸਰੀ ਨਾਮ ਦੇ ਵਿੱਚ ਆਮੀਨ ਆਮੀਨ ਹਾਲੇਲੂਇਆ ਆਮੀਨ ਸਾਰੇ ਬੈਠ ਸਕਦੇ ਹਾਂ ਪ੍ਰਭੂ ਆਪਣੇ ਬੱਚੇ ਨੂੰ ਬਰਕਤ ਦੇਵੇ ਆਮੀਨ ਹਾਲੇਲੂਇਆ